जी भी दोस्तों की हाल चाल ते सब तो लगता मेरे साइड मेनू प्यार सत श्रीकाल ते स्वागत करते जी भंडारी सर दा। सर की हाल चाल है जी? सत श्रीकाल जी सारे वीरां नू सत श्रीकाल, इंडियन वाले नू और एनआर वीरां नू बहुत बहुत सत श्रीकाल जी। जी ते अज दी वीडियो दे विच स्पेशल की अपने वीरां दी जो डिमांड हैगी स्पेशल, अज जिदा साडे वीर कहिंदे वी घट तों घट ਉਹ ਘੱਟ ਤੋਂ ਘੱਟ ਕਾਰ ਦਿਓ ਅੱਜ ਆਪਣੇ ਵੀਰਾਂ ਵਾਸਤੇ, ਸਿਰਫ ਕੁਛ ਘੰਟੇ ਪੁਰਾਣੀ ਕਾਰ ਲੈ ਕੇ ਆਏ ਆ। ਅੱਛਾ ਜੀ, ਤੇ ਉਹ ਕਾਰ ਦੀ ਗੱਲ ਕਰੀਏ, ਕਿੰਨੇ ਕੁ ਹਾਈ ਡਿਮਾਂਡ ਦੇ ਉੱਪਰ ਚੱਲ ਰਹੀ ਹੈ ਜਾਂ ਨੋਰਮਲੀ ਡਿਮਾਂਡ ਆ ਰਹੀ ਵੀਰਾਂ ਦੀ? ਪੂਰੇ ਦੇਸ਼ ਵਿੱਚ, ਪੂਰੇ ਵਰਲਡ 'ਚ ਕਹਿ ਸਕਦੇ ਜਾਂ ਪੂਰੇ ਇੰਡੀਆ 'ਚ ਕਹਿ ਸਕਦੇ ਹਾਂ, ਹਾਂਜੀ, ਜੋ ਇਸ ਕਾਰ ਦੀ ਡਿਮਾਂਡ ਆ ਔਰ ਆਪਣੇ ਵੀਰਾਂ ਨੂੰ ਵੀ ਪਤਾ ਔਰ ਸਾਡੇ ਵੀਰ ਵੀ ਡਿਮਾਂਡ ਕਰਦੇ ਵੀ ਕੋਈ ਘੱਟ ਤੋਂ ਘੱਟ ਕਾਰ ਦਿਓ, ਹਾਂਜੀ, ਅੱਜ ਆਪਾਂ ਵੀਰਾਂ ਵਾਸਤੇ ਆਪਾਂ ਕੁਛ ਘੰਟੇ ਪੁਰਾਣੀ ਕਾਰ ਲੈ ਕੇ। ਕੁਛ ਘੰਟੇ ਪੁਰਾਣੀ ਕਾਰ, ਅਤੇ ਉਹ ਕਾਰ ਦਾ ਨਾਮ ਵੀ ਜਿਹੜਾ ਹੈਗਾ ਥਾਰ, ਮਹਿੰਦਰਾ ਦੀ ਥਾਰ ਆ ਜੀ, ਜੋ ਆਲ ਵਰਲਡ ਦੇ ਵਿੱਚ ਟੌਪ ਦਾ ਜੋ ਅੱਜ ਕੱਲ੍ਹ ਡਿਮਾਂਡ ਹਾਈ ਚੱਲ ਰਹੀ, ਅਤੇ ਕਾਫੀ ਵੀਰ ਜੋ ਆਪਣੇ ਹੈਗੇ ਆ ਕਹਿੰਦੇ ਯਾਰ ਭਾਵੇਂ ਆਪਾਂ ਨੂੰ ਬਲੈਕ ਦੇ ਕੇ ਕਿਉਂ ਨਾ ਲੈਣੀ ਪਵੇ, ਫਿਰ ਵੀ ਆਪਾਂ ਕਾਰ ਲੈਣੀ ਹੈ। ਬਿਲਕੁਲ ਜੀ, ਬਿਲਕੁਲ ਇਸ ਤਰ੍ਹਾਂ ਹੀ ਹੈ ਜੀ, ਔਰ ਆਪਾਂ ਆਪਣੇ ਵੀਰਾਂ ਦੀ ਡਿਮਾਂਡ ਪੂਰੀ ਕਰ ਰਹੇ ਹਾਂ ਦਿਨੋਂ ਦਿਨ, ਔਰ ਜਿੱਦਾਂ ਦੀ ਸਾਡੇ ਕੋਲ ਵੀਰ ਡਿਮਾਂਡ ਕਰਦੇ, ਪੂਰੀ ਕੋਸ਼ਿਸ਼ ਹੁੰਦੀ ਹੈ ਵੀ ਆਪਾਂ ਉਹਨਾਂ ਨੂੰ ਉੱਦਾਂ ਦੀ ਉਹ ਤੋਂ ਵੀ ਵਧੀਆ ਕਾਰ ਲੈ ਕੇ ਦੇਈਏ। ਔਰ ਮਾਰਕੀਟ ਦੇ ਵਿੱਚ ਆਪਾਂ ਗੱਲ ਕਰੀਏ ਨਾ, ਜਿੱਦਾਂ ਕਿ ਯਾਰ ਆਪਾਂ ਗੱਲ ਕਰਦੇ ਹਾਂ ਕਿ ਨਵੀਂ ਕਾਰ ਨਿਕਲ ਜੇ, ਅਗਲਾ ਕਹਿੰਦਾ ਯਾਰ ਭਾਜੀ ਬਹੁਤ ਸੁਣਨ ਦੇ ਵਿੱਚ ਆਇਆ ਕਿ 2.5-3 ਲੱਖ ਰੁਪਏ ਬਲੈਕ ਚੱਲਦੀ ਪਈ ਹੈ, ਸੋ ਆਪਣੇ ਕੋਲ ਜਿਹੜੇ ਆਪਣੇ ਕਸਟਮਰ ਦੇ ਨਾਲ ਆਪਣੇ ਆਉਣਗੇ ਉਹਨਾਂ ਨੂੰ ਸੇਵਿੰਗ ਮਿਲੂਗੀ ਜਾਂ ਕਿੱਦਾਂ ਜੀ? ਸੇਵਿੰਗ ਵੀ ਮਿਲੇਗੀ ਸਰ, ਔਰ ਜੋ ਮਾਰਕੀਟ 'ਚ ਇਸ ਟਾਈਮ 1.5-2 ਲੱਖ ਰੁਪਇਆ ਐਕਸਟਰਾ ਜਾ ਕੇ, ਹਾਂਜੀ, ਫਿਰ ਕਾਰ ਮਿਲ ਰਹੀ ਆ, ਪਰ ਆਪਾਂ ਆਪਣੇ ਵੀਰਾਂ ਨੂੰ ਸਿਰਫ ਥੋੜ੍ਹੇ ਜਿਹੇ ਹੀ ਪੈਸੇ ਦੇ ਕੇ, ਅੱਛਾ ਜੀ, ਵੱਧ ਪੈਸੇ ਦੇ ਕੇ ਆਪਾਂ ਉਹਨਾਂ ਨੂੰ ਕਾਰ ਦੇਵਾਂਗੇ, ਔਰ ਦੇਵਾਂਗੇ ਸਿਰਫ 5 ਘੰਟੇ ਪੁਰਾਣੀ ਕਾਰ। ਮਤਲਬ ਮਾਰਕੀਟ ਦੀ ਗੱਲ ਕਰੀਏ, ਕੰਪੇਅਰ ਮਾਰਕੀਟ ਦੇ ਨਾਲ, ਪੱਧਰ ਮਾਰਕੀਟ ਦੇ ਨਾਲ ਕਰਦੇ ਆ, ਮਾਰਕੀਟ ਸੇਵਿੰਗ ਮਿਲੂਗੀ ਆਪਣੇ ਕੋਲ? ਮਿਲੇਗੀ ਜੀ, ਮਿਲੇਗੀ, ਫੁੱਲ ਮਿਲੇਗੀ, ਫੁੱਲ ਮਿਲੂਗੀ, ਔਰ ਫੁੱਲ ਮਿਲੇਗੀ, ਔਰ ਨਾਲ ਜਿਹੜਾ ਵੀਰ ਵੀ ਇਹਨਾਂ ਜੋੜੇ 'ਚੋਂ ਅੱਜ ਦੀ ਡੇਟ 'ਚ ਮੈਨੂੰ ਕੋਈ ਬੁਕਿੰਗ ਪਹਿਲਾਂ ਕਰਾਏਗਾ ਦੋਨਾਂ 'ਚੋਂ ਪਹਿਲਾਂ, ਉਹਨੂੰ ਮੈਂ ਟੈਂਕ ਡੀਜ਼ਲ ਦਾ ਫੁੱਲ ਕਰਵਾ ਕੇ ਦੇਵਾਂਗਾ। ਇਹ ਤਾਂ ਚਲੋ ਕਾਫੀ ਵੱਡਾ ਉੱਪਰ ਆ ਗਿਆ ਨਾ, ਕਿ ਡੀਜ਼ਲ ਦਾ ਟੈਂਕ ਫ੍ਰੀ 'ਚੋਂ ਮਿਲੂਗਾ ਜਿਹੜਾ ਵੀਰ ਨੂੰ ਡੀਜ਼ਲ ਦਾ ਟੈਂਕ ਫੁੱਲ ਕਰਵਾ ਕੇ ਉਹ ਵੀਰ ਮੇਰਾ ਜਾ ਸਕਦਾ, ਚਾਹੇ ਡਲਹੌਜ਼ੀ ਘੁੰਮਣ ਜਾਵੇ, ਹਾਂਜੀ, ਅਤੇ ਚਾਹੇ ਸਹੇਲੀ ਨੂੰ ਲੈ ਕੇ ਘੁੰਮਣ ਜਾ ਸਕਦਾ। ਨਹੀਂ ਜ਼ਰੂਰ, ਕਿ ਚਲੋ ਹਰ ਬੰਦਾ ਆਪਣੀ ਫੈਮਿਲੀ ਦੇ ਨਾਲ ਜੁਆਇੰਟ ਹੈਗਾ ਨਾ, ਹਰ ਬੰਦੇ ਦਾ ਟਾਈ ਅਪ ਹੈਗਾ। ਚਲੋ ਬਿਲਕੁਲ, ਘਰ ਫੈਮਿਲੀ ਵੀ ਸਾਡੀ ਸਹੇਲੀ ਹੈ ਜੀ, ਇਹ 'ਚ ਕਿਹੜੀ ਗੱਲ ਹੈ, ਫੈਮਿਲੀ ਨਾਲ ਵੀ ਨਿਕਲਣਾ ਬਹੁਤ ਮੁਸ਼ਕਲ ਹੋ ਜਾਂਦਾ, ਬਹੁਤ ਵੱਡੀ ਜੀ ਸਰ, ਇਹ ਬਿਲਕੁਲ ਗੱਲ ਸਹੀ ਹੈਗੀ ਹੈ ਨਾ, ਚਾਹੇ ਆਪਣੀ ਮਦਰ ਆ ਚਾਹੇ ਫਾਦਰ ਆ, ਆਪਣੇ ਹਰ ਜੋ ਇੱਕ ਟਾਈਅਪ ਬਣਿਆ ਹੋਇਆ ਆਪਾਂ ਹਰ ਆਪਣੀ ਜੋ ਦਿਲ ਦੀ ਗੱਲ ਆਪਣੀ ਫੈਮਿਲੀ ਦੇ ਨਾਲ ਸ਼ੇਅਰ ਕਰਦੇ ਹਾਂ, ਸੋ ਉਹ ਵੀ ਆਪਣੇ ਇੱਕ ਫਰੈਂਡ ਹੀ ਕਹਿ ਸਕਦੇ, ਉਹਨਾਂ ਨੂੰ ਵੀ ਇੱਕ ਫਰੈਂਡ ਸਰ, ਹਾਂਜੀ, ਇਸ ਟਾਈਮ ਆਪਣੀ ਫੈਮਿਲੀ ਵਾਸਤੇ ਵੀ ਟਾਈਮ ਕੱਢਣਾ ਓਨਾ ਹੀ ਔਖਾ ਜਿੰਨਾ ਕਿ ਆਪਾਂ ਆਪਣੀ ਕਹਿ ਸਕਦੇ ਸਹੇਲੀ ਵਾਸਤੇ ਟਾਈਮ ਕੱਢਣਾ। ਜੀ ਜੀ, ਸੋ ਇਸੇ ਤਰ੍ਹਾਂ ਹੀ ਆਪਾਂ ਨੂੰ ਜੋ ਬਾਕੀ ਆਪਾਂ ਚੈਨਲ ਦੀ ਗੱਲ ਕਰਦੇ ਹਾਂ, ਸੋ ਜਿੱਦਾਂ ਆਪਾਂ ਕਿਹਾ ਸੀਗਾ ਕਿ ਆਉਣ ਵਾਲੀ ਵੀਡੀਓਜ਼ ਜੋ ਬਹੁਤ ਘੱਟ ਚੱਲੀਆਂ ਕਾਰਾਂ ਮਿਲਣਗੀਆਂ, ਸੋ ਸੇਮ ਅੱਜ ਉਸੇ ਤਰ੍ਹਾਂ ਤੁਹਾਨੂੰ ਦਿਖਾਵਾਂਗੇ, ਸਿਰਫ ਅਤੇ ਸਿਰਫ ਕੋਈ 4-5 ਘੰਟੇ ਪੁਰਾਣੀ ਕਾਰ, ਅਤੇ ਉਹ ਵੀ ਸਿਰਫ ਕਿੰਨੇ ਕਿਲੋਮੀਟਰ ਚੱਲੀ ਹੈ ਜੀ? 50 ਕਿਲੋਮੀਟਰ। 50 ਕਿਲੋਮੀਟਰ ਕਾਰ ਚੱਲੀ, ਤੁਹਾਨੂੰ ਦਿਖਾਵਾਂਗੇ ਇਸ ਵੀਡੀਓ ਦੇ ਵਿੱਚ, ਆਣ ਕੇ ਸਿੱਧੀ ਭੰਡਾਰੀ ਕਾਰ ਬਜ਼ਾਰ, ਸਿੱਧੀ ਭੰਡਾਰੀ ਕਾਰ ਬਜ਼ਾਰ 'ਤੇ ਪਹੁੰਚੀ ਆ। ਸੋ ਬਾਕੀ ਰੈੱਡ ਬਟਨ ਨੂੰ ਪ੍ਰੈਸ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ, ਅਤੇ ਨੋਟੀਫਿਕੇਸ਼ਨ ਬਟਨ ਕੋਲ ਦਬਾਉਣਾ ਨਾ ਭੁੱਲਿਓ, ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲੇ ਤੁਹਾਨੂੰ, ਅਤੇ ਤੁਸੀਂ ਦੇਖੋ ਸਾਡੀ ਵੀਡੀਓ, ਅਤੇ ਬਾਕੀ ਆਪਣਾ ਇੰਸਟਾਗ੍ਰਾਮ ਐਂਡ ਸਨੈਪਚੈਟ ਦੇ ਉੱਪਰ ਵੀ ਚੈਨਲ ਹੈਗਾ, ਜਿੱਦਾਂ ਤੁਹਾਨੂੰ ਹਰ ਵਾਰ ਦੱਸੀਦਾ ਭੰਡਾਰੀ ਕਾਰ ਬਜ਼ਾਰ _39, ਬਾਕੀ ਡਿਸਕ੍ਰਿਪਸ਼ਨ ਦੇ ਵਿੱਚ ਨੰਬਰ ਦਿੱਤੇ ਹੋਏ ਆ, ਉਹਦੇ ਉੱਪਰ ਆਈ ਡੀ ਵੀ ਮੈਨਸ਼ਨ ਕੀਤੀ ਹੋਈ ਹੈ, ਉਹਨੂੰ ਜਾ ਕੇ ਤੁਸੀਂ ਫੋਲੋ ਕਰ ਸਕਦੇ ਹੋ, ਅਤੇ ਬਾਕੀ ਲੇਟੈਸਟ ਜੋ ਆਉਣ ਵਾਲਾ ਸਟਾਕ ਤੁਸੀਂ ਉਹਦੇ ਵਿੱਚ ਚੈੱਕ ਕਰ ਸਕਦੇ ਹੋ ਜੀ, ਅਤੇ ਬਾਕੀ ਕਰਦੇ ਵੀਡੀਓ ਸਟਾਰਟ, ਵੀਡੀਓ ਨੂੰ ਲਾਈਕ ਘੱਟ ਤੋਂ ਘੱਟ 1500 ਲਾਈਕ ਸਾਡੇ ਬਣਦੇ ਆ, ਜੋ ਕਿ ਜਿੱਦਾਂ ਦੀ ਆਪਣੀ ਵੀਰਾਂ ਡਿਮਾਂਡ 'ਤੇ ਆਪਾਂ ਘੱਟ ਚੱਲੀ ਕੁਛ ਘੰਟੇ ਪੁਰਾਣੀ ਕਾਰ ਦੇ ਰਹੇ, ਔਰ ਅੱਜ ਆਪਣੀ ਵੀਡੀਓ 1500 ਲਾਈਕ ਸਾਡੇ ਬਣਦੇ ਆ ਜੀ। ਜ਼ਰੂਰ, ਟਾਰਗੇਟ ਆਪਣਾ 1500 ਲਾਈਕ ਦਾ, ਬਾਕੀ ਤੁਸੀਂ ਵੱਧ ਕਰਨਾ ਚਾਹੋ ਮੇਰੇ ਵੀਰ, ਆਪਾਂ ਨੂੰ ਸਾਥ ਦਾ ਪਤਾ ਲੱਗੂ ਕਿੰਨੇ ਕੁ ਨਾ ਆਪਾਂ ਆਪਣੇ ਨਾਲ ਟਾਈ ਅਪ ਹੈਗੇ ਆ। ਚਲੋ, ਅਤੇ ਬਾਕੀ ਵੀਡੀਓ ਨੂੰ ਸਟਾਰਟਿੰਗ ਤੋਂ ਲੈ ਕੇ ਲਾਸਟ ਤੱਕ ਜ਼ਰੂਰ ਦੇਖਣਾ ਜੀ, ਕਿਉਂਕਿ ਬਹੁਤ ਹੀ ਘੱਟ ਟਾਈਮ ਦੇ ਵਿੱਚ ਜੋ ਟੋਟਲੀ ਇਨਫੋਰਮੇਸ਼ਨ ਦਿੱਤੀ ਹੋਈ ਆ ਕੀ ਇਹਨੂੰ ਐਕਸਟਰਾ ਸਮਾਨ ਲੱਗਾ ਹੋਇਆ, ਬਾਕੀ ਕਰਦੇ ਵੀਡੀਓ ਸਟਾਰਟ, ਜਲਦੀ ਤੁਹਾਨੂੰ ਦਿਖਾਉਂਦੇ ਹਾਂ। ਹਾਂਜੀ ਵੀਰ ਜੀ, ਅੱਜ ਆਪਾਂ ਆਪਣੇ ਵੀਰਾਂ ਵਾਸਤੇ ਜੋ ਕਿ ਬਹੁਤ ਨਵੀਂ ਕਾਰ ਔਰ ਘੱਟ ਚੱਲੀ ਔਰ ਸਿਰਫ ਟਾਈਮ ਪੀਰੀਅਡ ਦੇ ਹਿਸਾਬ ਨਾਲ ਆਪਾਂ ਕਾਰ ਲੈ ਕੇ ਆਏ, ਸਿਰਫ 5 ਘੰਟੇ ਪੁਰਾਣੀ ਕਾਰ ਔਰ ਉਹ ਵੀ ਥਾਰ, ਜੋ ਕਿ ਸਾਡੇ ਪੂਰੇ ਪੰਜਾਬ ਦੀ ਇਸ ਟਾਈਮ ਸ਼ਾਨ ਬਣੀ ਹੋਈ ਕਾਰ ਹੈ, ਸਿਰਫ 5 ਘੰਟੇ ਪੁਰਾਣੀ ਕਾਰ, ਨਵੀਂ ਮਤਲਬ ਨਵੀਂ ਆਪਾਂ ਕੀ ਪੁਰਾਣੀ ਕਹਿ ਸਕਦੇ, ਸਿਰਫ ਆਪਾਂ ਡਿਲੀਵਰੀ ਲਈ ਪਾਰਟੀ ਨੇ ਅਤੇ ਆਪਾਂ ਕਾਰ ਹੈਂਡਓਵਰ ਕਰਕੇ ਅਤੇ ਲੈ ਕੇ ਆਏ, ਸਿਰਫ 50 ਕਿਲੋਮੀਟਰ ਕਾਰ ਨਹੀਂ ਜੀ, ਹਾਰਡ ਟੋਪ ਵਾਲਾ ਮਾਡਲ, ਔਰ ਇਹਦਾ ਨੰਬਰ ਜੋ ਕਿ ਹੁਸ਼ਿਆਰਪੁਰ ਦਾ ਲੱਗਣਾ ਜੀ, ਜੇ ਸਾਡੀ ਅੱਜ ਹੀ ਆਪਾਂ ਪਾਰਟੀ ਨੇ ਤੁਹਾਡੀ ਸਾਡੀ ਕਿਸੇ ਨਾਲ ਬੁਕਿੰਗ ਡੀਲ ਹੁੰਦੀ ਆ ਤਾਂ ਨੰਬਰ ਵੀ ਤੁਸੀਂ ਆਪਣੀ ਚੋਇਸ ਦਾ ਲੈ ਸਕਦੇ ਹੋ, ਫੈਂਸੀ ਨੰਬਰ ਲੈ ਲਓ ਚਾਹੇ ਕੋਈ VIP ਨੰਬਰ, ਜਿਸ ਤਰ੍ਹਾਂ ਵੀ ਤੁਹਾਨੂੰ ਲੱਗਦਾ
ਆਪਾਂ ਉਸ ਤਰ੍ਹਾਂ ਨੰਬਰ ਵੀ ਹੀ ਤੁਹਾਨੂੰ ਇਹ ਪੰਚ ਕਰਾ ਦਾਂਗੇ ਜੀ। ਸਿਰਫ 50 ਕਿਲੋਮੀਟਰ ਕਾਰ ਦੀ ਆਪਾਂ ਕੋਈ ਵੀ ਅੱਜ ਕਾਰ ਦੀ ਸਿਫਤ ਨਹੀਂ ਕਰਾਂਗੇ, ਸਿਰਫ 5 ਘੰਟੇ ਪੁਰਾਣੀ ਕਾਰ ਜਿੱਦਾਂ ਸ਼ੋਰੂਮ 'ਚੋਂ ਲਿਆਂਦੀ ਉੱਦਾਂ ਹੀ ਆਪਣੇ ਵੀਰਾਂ ਨੂੰ ਦਿਖਾ ਰਹੇ। 50 ਕਿਲੋਮੀਟਰ ਰਨਿੰਗ ਸ਼ੋਰੂਮ 'ਚੋਂ ਕਢਾ ਕੇ ਅਤੇ ਭੰਡਾਰੀ ਕਾਰ ਬਾਜ਼ਾਰ ਆ ਗਈ ਜੀ। ਹੁਣ ਦੇਖਦੇ ਹਾਂ ਕਿਹੜੇ ਵੀਰ ਕਿਹਦੇ ਘਰ ਜਾ ਰਹੀ ਅਗਲੇ ਘਰ। ਹਾਰਡ ਟੋਪ ਵਾਲਾ ਮਾਡਲ ਹੈ ਜੀ, 4x4 ਆ। ਇਹਨੂੰ ਆਪਾਂ ਜੇ ਕਹਿ ਸਕਦੇ ਕੋਈ ਵੀ ਐਕਸਟਰਾ ਅਸੈਸਰੀ ਨਹੀਂ ਲੱਗੀ। ਬੈਕ ਸੈਂਸਰ ਜੋ ਕਿ ਕੰਪਨੀ ਦੇ ਹੈ। ਆਪਾਂ ਇਸ ਘੱਟ ਚੱਲੀ ਔਰ 5-4 ਘੰਟੇ ਪੁਰਾਣੀ ਕਾਰ ਦੀ ਆਪਾਂ ਕੀ ਸਿਫਤ ਕਰਾਂਗੇ। ਆਪਾਂ ਹੁਣ ਮੇਨ ਮੁੱਦੇ 'ਤੇ ਆਉਂਦੇ ਵੀ ਆਪਾਂ ਕਹਿੰਦੇ ਵੀ ਇਹਦਾ ਇਹ ਕਾਰ ਐਸਟੀਮੇਟ ਸਰ ਟੋਟਲ ਹੈਗੀ ਆ 16,20,000 ਰੁਪਏ ਦੀ, ਠੀਕ ਹੈ ਜੀ। ਲੇਕਿਨ ਤੁਹਾਨੂੰ ਵੀ ਪਤਾ ਵੀ ਇਸ ਟਾਈਮ ਇਹਦੀ ਪੂਰੀ ਫੁੱਲ ਬਲੈਕ ਆ, 1,00,000 ਤੋਂ 1.5 ਲੱਖ ਰੁਪਈਆ ਬਲੈਕ ਚੱਲ ਰਹੀ ਆ। ਪਰ ਆਪਾਂ ਆਪਣੇ ਵੀਰਾਂ ਨੂੰ ਸਿਰਫ 80,000 ਰੁਪਈਆ ਬਲੈਕ ਦੇ ਨਾਲ ਕਾਰ ਦੇ ਦਾਂਗੇ, ਯਾਨੀ ਕਿ 17,00,000 ਰੁਪਏ ਦੀ ਕਾਰ ਦੇ ਦਾਂਗੇ, ਸਿਰਫ 5 ਘੰਟੇ ਪੁਰਾਣੀ ਕਾਰ ਜੀ। ਹੁਣ ਆਪਾਂ ਦੂਜੀ ਥਾਰ ਦੀ ਗੱਲ ਕਰਦੇ ਹਾਂ ਜੀ, ਜਿਸ ਤਰ੍ਹਾਂ ਕਿ ਆਪਾਂ ਕਿਹਾ ਵੀ 5 ਘੰਟੇ ਕਾਰ ਦੀ ਆਪਾਂ ਸਿਫਤ ਨਹੀਂ ਕਰ ਸਕਦੇ, ਹੁਣ ਇਹਦੀ ਕਰਾਂਗੇ। ਇਹ ਵੀ 21 ਮਾਡਲ ਹੈ ਜੀ, 21 ਮਾਡਲ, ਲੁਧਿਆਣੇ ਦਾ ਨੰਬਰ ਜੀ, PB10। ਔਰ ਇਹਨੂੰ ਕਾਫੀ ਸਾਰਾ ਐਕਸਟਰਾ ਅਸੈਸਰੀ ਸਮਾਨ ਲੱਗਾ। ਸਭ ਤੋਂ ਪਹਿਲਾਂ ਆਪਾਂ ਇਹਦੀ ਗੱਲ ਕਰਦੇ ਫਰੰਟ ਤੋਂ, ਇਹਦੀ ਰੈਂਗਲਰ ਵਾਲੀ ਪੂਰੀ ਗਰਿੱਲ ਲੱਗੀ ਹੈ ਘੱਟ ਤੋਂ ਘੱਟ 10,000 ਤੋਂ 12,000 ਰੁਪਏ ਦੀ, ਬਲੈਕ ਕਲਰ ਦੇ ਵਿੱਚ। ਔਰ ਐਕਸਟਰਾ ਅਲਾਈਟਰ ਘੱਟ ਤੋਂ ਘੱਟ 65,000 ਤੋਂ 70,000 ਰੁਪਏ ਦੇ ਅਲਾਈਟਰ ਐਕਸਟਰਾ ਲੱਗੇ। MRF ਦੇ ਟਾਇਰ ਹੈ ਔਰ ਜੋ ਕਿ ਇਸ ਟਾਈਮ ਅਲਾਏ ਟਾਇਰ ਅਲਾਏ ਬਹੁਤ ਵਧੀਆ ਡਿਜ਼ਾਈਨ ਚੱਲ ਰਿਹਾ, ਉਹੋ ਹੀ ਪਾਰਟੀ ਨੇ ਲਗਵਾਇਆ। ਹੁਣ ਆਪਾਂ ਇਹਦੇ ਕਰਦੇ ਇੰਟੀਰੀਅਰ ਦੀ ਗੱਲ, ਅਤੇ ਇੰਟੀਰੀਅਰ ਦੇ ਵਿੱਚ ਵੀ ਸਾਡੇ ਵੀਰ ਨੇ ਕਾਫੀ ਅਸੈਸਰੀ ਲਾਈ ਆ, ਜਿਸ ਤਰ੍ਹਾਂ ਕਿ 70 ਮੈਟ ਲੈਦਰ ਦੇ ਸੀਟ ਕਵਰ ਬਹੁਤ ਵਧੀਆ, ਘੱਟ ਤੋਂ ਘੱਟ 15,000-17,000 ਰੁਪਏ ਦੇ ਬਕਟ ਫਿਟਿੰਗ ਸੀਟ ਕਵਰ। ਔਰ ਪਿੱਛੇ ਵੀ ਕਾਫੀ ਅੰਦਰ ਤੁਹਾਨੂੰ ਦਿਖਾਉਂਦੇ ਹਾਂ, ਜਿਸ ਤਰ੍ਹਾਂ ਕਿ ਆਪਣੇ ਵੀਰ ਕਈ ਗਲਾਸੀ ਲਾਉਣ ਦੇ ਬੜੇ ਸ਼ੌਕੀਨ ਹੁੰਦੇ ਆ, ਔਰ ਵੀਰ ਨੇ ਪਿੱਛੇ ਬਣਾਇਆ, ਦੇਖੋ ਆਰਮ ਰੈਸਟ ਬਣਾਇਆ, ਔਰ ਗਲਾਸੀ ਰੱਖਣ ਨੂੰ ਵੀ ਪੈਕ ਸ਼ੈਕ ਲਾਉਣ ਨੂੰ ਪੂਰਾ ਫੁੱਲ ਸਾਰਾ ਬਣਾਇਆ ਜੀ, ਜਗਾੜ ਹੈ। ਔਰ ਇਹਦੇ ਵਿੱਚ ਐਕਸਟਰਾ ਬੈਕ ਕੈਮਰਾ ਵੀ ਬਹੁਤ ਵਧੀਆ ਲੱਗਾ, ਉਹ ਵੀ ਤੁਹਾਨੂੰ ਦਿਖਾਉਂਦੇ ਹਾਂ। ਇਹ ਵੀ ਸਰ 4x4 ਹਾਰਡ ਟੋਪ ਔਰ ਸਪਨੀ ਅਨਯੂਜ ਅਲਾਏ 5 ਵੀ ਨਾਲ, ਬੈਕ ਕੈਮਰਾ ਵੀ ਇਹ 'ਚ ਲੱਗਾ ਜੀ, ਔਰ ਕਰੋਮ ਵੀ ਲਗਭਗ ਸਾਰੀ ਕਾਰ ਨੂੰ ਲੱਗੀ ਹੈ ਜੀ। ਹੁਣ ਤੁਹਾਨੂੰ ਇੱਕ ਵਾਰੀ ਅੰਦਰੋਂ ਦੀ ਸਪੇਸ ਦਿਖਾਉਂਦੇ ਹਾਂ, ਇਹਦੀਆਂ ਸਰਕਾਰੀ ਨੰਬਰ ਪਲੇਟਾਂ ਜੋ ਕਿ ਉਹ ਵੀ ਆ ਗਈਆਂ, ਉਹਨਾਂ ਨੂੰ ਆਪਾਂ ਲਗਾਉਣ ਦੀ ਲੋੜ ਨਹੀਂ। ਇਹ ਦੇਖੋ ਜੀ, ਅੰਦਰ ਬੈਠ ਕੇ ਲਾਓ ਗਲਾਸੀ, ਪੈਕ ਸ਼ੈਕ ਲਾਉਣ ਲਈ ਜਗ੍ਹਾ ਪੂਰੀ ਫੁੱਲ ਦੋਨੋਂ ਸਾਈਡ 'ਤੇ, ਔਰ ਡੋਰ ਵਾਈਜ਼ਰ ਵੀ ਬਹੁਤ ਵਧੀਆ ਦੇਖੋ ਲੱਗੇ ਆ ਜਾਲੀਆਂ। ਔਰ ਇਹਦੇ ਨਾਲ ਜੋ ਕਿ ਐਕਸਟਰਾ ਅਸੈਸਰੀ ਵੀ ਆਉਂਦੀ ਆ, ਜਿਸ ਤਰ੍ਹਾਂ ਕਿ ਆਪਾਂ ਤੁਹਾਨੂੰ ਕਿਹਾ ਮੋਰੇ ਫਰੰਟ ਰੈਂਗਲਰ ਦੀ ਗਰਿੱਲ ਲੱਗੀ ਆ, ਆਪਾਂ ਉਹ ਵੀ ਤੁਹਾਨੂੰ ਨਾਲ ਦੇਵਾਂਗੇ ਗਿਫਟ, ਕਿਉਂਕਿ ਪਾਰਟੀ ਕੋਲੋਂ ਆਪਾਂ ਉਹ ਵੀ ਨਾਲ ਲਈ ਆ। ਔਰ ਦੇਖੋ ਸਾਰੀ ਕਾਰ ਟੋਟਲੀ ਤਿਆਰ ਆ, ਘੱਟ ਤੋਂ ਘੱਟ 1,00,000 ਤੋਂ 1.25 ਲੱਖ ਰੁਪਈਆ ਕਾਰ ਦੇ ਟੋਟਲ ਖਰਚਾ ਕੀਤਾ ਗਿਆ। 2021 ਮਾਡਲ ਹੈ ਜੀ, ਔਰ ਕਾਰ ਸਰ ਸਿਰਫ 5,000 ਕਿਲੋਮੀਟਰ ਕਾਰ ਰਨਿੰਗ, ਬਲੈਕ ਕਲਰ ਦੇ ਵਿੱਚ, ਬਿਲਕੁਲ ਨਵੀਂ ਕਾਰ ਹੈ, ਕੋਈ ਖਰਚਾ ਨਹੀਂ ਤੁਹਾਨੂੰ ਕਰਨਾ ਪੈਣਾ, ਤੁਹਾਨੂੰ ਜਾ ਕੇ 1 ਰੁਪਈਆ ਵੀ ਇਹਦੇ ਉੱਤੇ ਹੋਰ ਲਾਉਣਾ ਪੈ ਜਾਏ। ਫੁੱਲ ਅਸੈਸਰੀ ਕਾਰ ਨੂੰ ਲੱਗੀ ਹੋਈ ਸਾਰੀ ਟੋਟਲੀ, ਇਹ ਵੀਰ ਜੀ ਆਪਾਂ ਤੁਹਾਨੂੰ ਕਾਰ ਦੇ ਦਾਂਗੇ 16,60,000 ਰੁਪਏ ਦੀ, 2021 ਮਾਡਲ ਬਲੈਕ ਕਲਰ ਦੀ, ਐਕਸਟਰਾ 1,00,000 ਤੋਂ 1.25 ਲੱਖ ਰੁਪਏ ਦੀ ਅਸੈਸਰੀ ਕਾਰ ਨੂੰ ਲੱਗੀ ਹੋਈ ਥਾਰ ਜੀ। ਇਹ ਦੋਨੋਂ ਸਰ ਡੀਜ਼ਲ ਵਰਜਨ ਕਾਰਾਂ,
दोनों डीजल वर्जन, ये 5 घंटे पुरानी कार, ये 3 महीने पुरानी कार जी, और नवीं कारा बिल्कुल। हाँ जी भी दोस्तों, सब तो पहला मेरे सारे वीरां नूं सत श्री अकाल ते मुबारक सर नूं कि अपने कोलों अज जो ब्रीजा कार परचेज की है ते काफ़ी दूरों चल के आया सर, ते एक सर ने जो भी उन्होंने दस्या कि अपने कोल भंडारी कार बाजार इत्थे नीयर अबाउट पैंदा, ते बाकी सर दे रिव्यूज़ लैंदे आ जी कि जिद्दां उन्होंने दस्या गया किद्दां दा लगा इत्थे आ के ते की कहना चाहते हैं कार बाजार रिगार्डिंग। सत श्री अकाल जी, मुबारक सर सब तो पहला तुहानूं जी, ते किस तरह तुहानूं पता लगा जी, सब तो पहले आपां गल करिए किद्दां पता लगा कि भंडारी कार बाजार इत्थे आ जी। मेरे रिलेटिव रहिंदे सी उत्थे, हाँ जी, और उन्होंने अपने 15 दिन पहले 2 गड्डियां लैके गए, ठीक है, गड्डियां देखियां, रेट वगैरह देखे, सब कुछ कंडीशन देखी, देख के फिर मेरा मन भी किया मैं गड्डी चेंज करा, फिर वो मैं गड्डी इत्थे लैके आया इन्होंने, मैं आके चेंज की, इत्थे यानी चॉइस करने से गड्डियां बहुत खड़ियां जी, हाँ जी, असि यानी 3-4 गड्डियां चॉइस कीतियां, तो गड्डी सानू पसंद आ गई, गड्डी बहुत वधिया साफ मिल गई सानू, रेट भी सही है गड्डी दा, अच्छा जी, यानी पूरी ਤਸੱਲੀ ਹੁੰਦੀ ਹੈ। ਤੇ ਕਿਹੜੀ ਜਗ੍ਹਾ ਤੋਂ ਚੱਲ ਕੇ ਤੇ ਕਿੰਨੇ ਕਿਲੋਮੀਟਰ ਤੁਹਾਨੂੰ ਪੈ ਜਾਂਦਾ ਜੀ ਇੱਥੇ ਤੱਕ? ਅਸੀਂ ਜਗਰਾਉਂ ਤੋਂ ਆਏ ਜੀ ਮੈਂ। ਅੱਛਾ ਜੀ, ਇਹ ਲੁਧਿਆਣੇ ਤੋਂ ਅੱਗੇ 40 ਕਿਲੋਮੀਟਰ ਹੈ। ਠੀਕ ਹੈ, ਨੀਅਰ ਅਬਾਊਟ ਤਕਰੀਬਨ ਮੰਨ ਕੇ ਚੱਲੀਏ ਕਿ 100-150 ਕਿਲੋਮੀਟਰ ਦੇ ਨੀਅਰ ਅਬਾਊਟ ਪੈ ਜਾਂਦਾ। 160 ਕਿਲੋਮੀਟਰ ਦੇ ਨੀਅਰ ਅਬਾਊਟ ਪੈ ਜਾਂਦਾ। ਹਾਂਜੀ, ਤੇ ਕਿੱਦਾਂ ਦੀਆਂ ਸਾਡੀਆਂ ਕਾਰਾਂ ਲੱਗ ਗਈਆਂ ਸਰ ਇੱਥੇ ਆ ਕੇ? ਦੇਖੋ ਜੀ, ਦੇਖ ਕੇ ਤਾਂ ਹੀ ਕਿੰਨੇ ਵੀ ਤਸੱਲੀ ਹੁੰਦੀ ਮਨ ਨੂੰ, ਲੈ ਕੇ ਚੱਲੇ ਹਾਂ ਹੋਰਾਂ ਨੂੰ ਦੱਸਾਂਗੇ। ਹਾਂਜੀ ਹਾਂ, ਵੀ ਉੱਥੋਂ ਆ ਕੇ ਗੱਡੀਆਂ ਲੈ ਕੇ ਆਏ, 4 ਵਜੇ ਗੱਡੀਆਂ ਬਹੁਤ ਵਧੀਆ ਵਿੱਚ ਕੱਢੀਆਂ। ਅਤੇ ਤੁਸੀਂ ਕਿਹੜਾ ਮਾਡਲ ਪਰਚੇਜ਼ ਕੀਤਾ ਜੀ? ਇਹ 19 ਮਾਡਲ ਹੈ, 2019 ਮਾਡਲ, ਡੀਜ਼ਲ ਵਰਜਨ ਜਾਂ ਪੈਟਰੋਲ? ਇਹ ਡੀਜ਼ਲ, ਡੀਜ਼ਲ ਵਰਜਨ ਦੇ ਵਿੱਚ। ਅਤੇ ਬਾਕੀ ਆਪਣੇ ਹੋਰ ਵੀਰਾਂ ਨੂੰ ਕੀ ਕਹਿਣਾ ਚਾਹੁੰਦੇ ਹਾਂ, ਜਾਂ ਕਿੱਦਾਂ ਦੀ ਡੀਲ ਹੋਈ ਹੈ ਇੱਥੇ, ਕਿੱਦਾਂ ਦਾ ਤੁਹਾਨੂੰ ਸਟਾਫ ਦਾ ਨੇਚਰ ਲੱਗਾ? ਬਹੁਤ ਵਧੀਆ ਲੱਗਿਆ ਸਟਾਫ ਦਾ ਨੇਚਰ, ਮੈਂ ਇਹ ਕਹੂੰਗਾ ਜੇ ਕਿਸੇ ਦਾ ਮੇਰੇ ਤੋਂ ਕੋਈ ਪੁੱਛੂਗਾ ਇਹ ਗੱਡੀ ਲੈਣੀ ਹੈ ਤਾਂ ਮੈਂ ਇਹੀ ਕਹੂੰਗਾ ਉੱਥੇ ਜਾ ਕੇ ਦੇਖੋ, ਤੁਹਾਨੂੰ ਉੱਥੇ ਥੋੜ੍ਹੀ ਤਸੱਲੀ ਹੋਊਗੀ, ਗੱਡੀ ਵਧੀਆ ਮਿਲ ਜੂਗੀ, ਰੇਟ ਵੀ ਸਹੀ ਮਿਲ ਜੂਗਾ। ਹਾਂਜੀ, ਅਤੇ ਬਾਕੀ ਸਰ ਦੇ ਵੀ ਰਿਵਿਊਜ਼ ਲੈਂਦੇ ਹਾਂ ਜੀ ਆਪਾਂ, ਕਿ ਪਹਿਲਾਂ ਵੀ ਆਪਣੇ ਕੋਲੋਂ ਚਲੋ ਕਾਰ ਲੈ ਕੇ ਗਏ ਸੀਗੇ, ਚਲੋ ਸੈਕਿੰਡ ਟਾਈਮ ਵਿਜ਼ਿਟ ਕੀਤਾ, ਅਤੇ ਕਿੱਦਾਂ ਦਾ ਲੱਗਾ ਜੀ ਇਹਨਾਂ ਨੂੰ? ਜੀ ਸਰ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ, ਅਸੀਂ ਚਲੋ ਇਸ ਵੇਲੇ ਸਾਡੀ ਜਿਹੜੀ ਤੀਸਰੀ ਗੱਡੀ ਜਾ ਰਹੀ ਹੈ ਜੀ ਇੱਥੋਂ। ਹਾਂਜੀ, ਕਿਉਂਕਿ ਹਾਰਡਲੀ ਅਸੀਂ 1 ਮਹੀਨਾ ਪਹਿਲਾਂ ਹੀ ਗੱਡੀ ਲੈ ਗਏ ਹਾਂ, ਪਹਿਲਾਂ ਬ੍ਰੀਜ਼ਾ ਲਈ ਆਪਾਂ ਬਹੁਤ ਵਧੀਆ ਗੱਡੀ ਮਿਲੀ ਆਪਾਂ ਨੂੰ, ਫਿਰ ਉਸੇ ਦਿਨ ਤੋਂ ਬਾਅਦ ਅਗਲੀ ਆਪਾਂ ਰੇਟਸ ਲਈ ਕਾਰ ਇੱਕ ਪਟਿਆਲੇ ਦਿੱਤੀ ਲੈ ਕੇ, ਉਹ ਵੀ ਸਾਡੇ ਰਿਸ਼ਤੇਦਾਰੀ ਸੀਗੇ, ਉਹ ਤੋਂ ਬਾਅਦ ਸਾਡੇ ਜੀਜਾ ਜੀ ਹੈ ਜੋ ਗਰਾਉਂ ਤੋਂ ਆਏ ਆ, ਇਹਨਾਂ ਨੇ ਜਦੋਂ ਸਾਡੇ ਕੋਲ ਗੱਡੀਆਂ ਚੱਲਦੀਆਂ ਦੇਖੀਆਂ ਵੀ ਅਸੀਂ ਇਹਨਾਂ ਨੂੰ ਆਪਣੀ ਗੱਡੀਆਂ ਬਾਰੇ ਦੱਸਿਆ, ਤਾਂ ਇਹਨਾਂ ਦਾ ਵੀ ਮਨ ਬਣਿਆ ਵੀ ਮੈਂ ਵੀ ਇੱਕ ਪੁਰਾਣੀ ਗੱਡੀ ਮੈਂ ਵੀ ਵੇਚਣੀ ਹੈ, ਅਤੇ ਯਾਰ ਮੈਂ ਨਾਲ ਆਪਣੀ ਫਿਰ ਨਵੀਂ ਲੈਣੀ ਇੱਥੋਂ ਇਹਨਾਂ ਕੋਲੋਂ ਆ ਕੇ, ਅਤੇ ਫਿਰ ਇਹਨਾਂ ਨਾਲ ਅੱਜ ਗੱਲ ਹੋਈ ਹੈ ਅਤੇ ਸਵੇਰੇ ਆਏ ਆ ਜੀ ਸਪੈਸ਼ਲ ਜਗਰਾਉਂ ਤੋਂ ਚੱਲ ਕਰਕੇ ਜੀ, ਘੱਟੋ ਘੱਟ ਵੀ 160 ਕਿਲੋਮੀਟਰ ਦੇ ਨੀਅਰ ਅਬਾਊਟ ਅਵਾਰਡ ਪੈ ਜਾਂਦੀ ਹੈਗੀ ਇਹਨਾਂ ਨੂੰ। ਹਾਂਜੀ, ਅਤੇ ਆਏ ਆ ਇੱਥੇ ਆ ਕੇ ਗੱਡੀਆਂ ਦੇਖੀਆਂ ਭਾਜੀ ਨੇ, 4-5-6 ਗੱਡੀਆਂ ਜਿੰਨੀਆਂ ਵੀ ਇਹਨਾਂ ਨੇ ਮਨ ਨੂੰ ਦੇਖੀਆਂ ਚੈੱਕ ਕੀਤੀਆਂ, ਅਤੇ ਫਿਰ ਇਹ ਗੱਡੀ ਆਪਾਂ ਨੂੰ ਪਸੰਦ ਆਈ, 2019 ਮਾਡਲ ਬ੍ਰੀਜ਼ ਆਇਆ ਜੀ, ਔਰ ਬਹੁਤ ਸ਼ਾਨਦਾਰ ਗੱਡੀ ਆ ਇਹ, ਚੱਲਣ ਵਾਸਤੇ ਔਰ ਟਾਇਰ ਕੰਡੀਸ਼ਨ ਐਂ ਸਾਰਾ ਕੁਛ ਏ ਬਣ ਸੀ। ਸਭ ਤੋਂ ਵੱਡੀ ਗੱਲ ਸੀ ਭਾਅ ਜੀ ਦਾ ਵਿਸ਼ਵਾਸ ਸੀ, ਜਿਹੜੀ ਗੱਲ ਮੈਂ ਪਹਿਲਾਂ ਵੀ 1-2 ਵਾਰੀ ਕੀਤੀ ਅਤੇ ਹੁਣ ਵੀ ਇਹ ਗੱਲ ਕਹੂੰਗਾ, ਭਾਅ ਜੀ ਦੇ ਵਿਸ਼ਵਾਸ ਦੇ ਉੱਤੇ ਸਾਰਾ ਕੁਛ ਹੁੰਦਾ ਜੀ। ਇਹ ਤਾਂ ਹੈ ਸਰ, ਅਤੇ ਬਾਕੀ ਜਿੱਦਾਂ ਵਿਸ਼ਵਾਸ ਜਿਹੜਾ ਹੈਗਾ ਵੀ ਭਾਅ ਜੀ ਗੱਡੀ ਲੈ ਜਾਓ, ਕੋਈ ਬੰਦਾ ਨੁਕਸ ਕੱਢ ਦੇਵੇ ਗੱਡੀ 'ਚ ਤਾਂ ਵਾਪਸ ਦੇ ਜਾਓ ਆ ਕੇ, ਇਹ ਗੱਲ ਕਹਿਣੀ ਆ, ਇਹ ਛੋਟੀ ਗੱਲ ਨਹੀਂ ਹੁੰਦੀ ਜੀ ਕਿਸੇ ਨੂੰ ਕਰਨੀ। ਹਾਂਜੀ, ਇਹ ਗੱਲ ਹੈਗੀ ਹੈ ਸਰ, ਜਿੱਦਾਂ ਆਪਾਂ ਐਕਸਚੇਂਜ ਦੀ ਗੱਲ ਕੀਤੀ ਨਾ ਕਾਰ ਸਰ ਨੇ ਸੇਲ ਕਰਨੀ ਸੀਗੀ, ਸੋ ਇੱਥੇ ਆ ਕੇ ਤੁਸੀਂ ਵਿਜ਼ਿਟ ਕੀਤਾ, ਤੁਹਾਨੂੰ ਜੋ ਤੁਹਾਡੀ ਪੁਰਾਣੀ ਕਾਰ ਦਾ ਪ੍ਰਾਈਜ਼ ਵਗੈਰਾ ਕਿੱਦਾਂ ਜੈਨੂਅਨ ਲੱਗਾ ਜਾਂ ਤੁਸੀਂ ਅਕਸਰ ਸੇਲ ਕੀਤੀ ਹੋਊਗੀ? ਹਾਂਜੀ, ਪੁਰਾਣੀ ਕਾਰ ਵੀ ਭਾਅ ਜੀ ਦੇਖੋ, ਪਹਿਲੀ ਗੱਲ ਤਾਂ ਭਾਅ ਜੀ ਨੇ ਮਤਲਬ 5-7-10 ਮਿੰਟ ਹੀ ਲਗਾਏ ਆ, ਪੁਰਾਣੀ ਕਾਰ ਸਾਡੀ ਨਾਲੇ ਐਕਸਚੇਂਜ ਹੋ ਗਈ ਜੀ, ਉਹਦੀ ਵੈਲਿਊ ਵੀ ਮਾਰਕੀਟ ਦੇ ਹਿਸਾਬ ਦੇ ਨਾਲ ਪਲੱਸ ਸਾਡੀ ਕੰਡੀਸ਼ਨ ਦੇ ਹਿਸਾਬ ਨਾਲ ਜੋ ਸਾਨੂੰ ਸੀਗੀ ਉਹ ਬਿਲਕੁਲ ਵੈਲਿਊ ਜੈਨੂਅਨ ਪਈ ਹੈ ਸਾਡੀ। ਹਾਂਜੀ, ਔਰ ਜੋ ਮਾਰਕੀਟ ਦਾ ਬਾਜ਼ਾਰ 'ਚ ਚੱਲ ਰੇਟ ਚੱਲਦਾ ਉਹਦੇ ਹਿਸਾਬ ਦੇ ਨਾਲ ਗੱਡੀ ਦੀ ਵੈਲਿਊ ਜਿਹੜੀ ਬਿਲਕੁਲ ਸਹੀ ਪਈ ਹੈ, ਔਰ ਉਹਦਾ ਐਕਸਚੇਂਜ ਜਿਹੜਾ ਸੀਗਾ ਨਾਲ ਹੀ ਇਹਦੇ 'ਚ ਸੈਟਿੰਗ ਕਰਕੇ ਤਾਂ ਜੋ ਇਹਦੀ ਵੈਲਿਊ ਬਣਦੀ ਸੀ ਦੇ ਹਿਸਾਬ ਨਾਲ ਸਾਨੂੰ ਗੱਡੀ, ਮਤਲਬ ਡੀਲ ਬੈਸਟ ਹੋ ਗਈ ਤੁਹਾਡੀ? ਡੀਲ ਤਾਂ ਭਾਅ ਜੀ ਇੱਥੇ ਭੰਡਾਰੀ ਕਾਰ ਬਾਜ਼ਾਰ ਆ ਗਿਆ ਤਾਂ ਡੀਲ ਬੈਸਟ ਹੀ ਹੋਣੀ ਆ ਭਾਅ ਜੀ ਫਿਰ ਤਾਂ। ਕੰਗਰੈਚੁਲੇਸ਼ਨ ਜੀ, ਭਾਅ ਜੀ ਥੈਂਕ ਯੂ। ਇਹ ਵੀ ਜੀ ਥਾਰ 2017 ਮਾਡਲ, ਇਹ ਵੀ ਆਪਣੇ ਵੀਰ ਨੇ ਫੁੱਲ ਤਿਆਰ ਕਰਾਈ, ਆਪਾਂ ਤੁਹਾਨੂੰ ਦਿਖਾਉਂਦੇ ਇਹਦੇ ਬਾਰੇ ਸਾਰਾ ਦੱਸਦੇ, ਜਿਸ ਤਰ੍ਹਾਂ ਕਿ ਫਰੰਟ ਸਾਰਾ ਗਾਰਡ ਹੈਵੀ, ਟਾਇਰ ਬਿਲਕੁਲ ਨਵੇਂ, ਫਰੰਟ ਗ੍ਰਿਲ ਵੀ ਚੇਂਜ ਹੈ ਜੀ, ਫਰੰਟ ਗ੍ਰਿਲ ਵੀ ਚੇਂਜ, ਔਰ ਅੰਦਰੋਂ ਵੀ ਕਾਫੀ ਕਾਰ ਨੂੰ ਸਮਾਨ ਲੱਗਾ, ਜਿੱਦਾਂ ਲੈਦਰ ਦੇ ਬਕਟ ਫਿਟਿੰਗ ਸੀਟ ਕਵਰ ਔਰ ਕੈਪਟਲ ਸੀਟਾਂ ਪਿੱਛੇ ਵੀ ਮੈਟ ਮੈਟਿੰਗ ਸਾਰੀ ਕਾਰ ਨੂੰ ਹੋਈ, ਔਰ ਐਕਸਟਰਾ ਸਪੀਕਰ ਵੀ ਸਾਰੇ ਸੋਨੀ ਦੇ ਲੱਗੇ ਹੋਏ, ਔਰ ਛੱਤ ਦੀ ਵੀ ਕਾਫੀ ਸੋਹਣੀ ਰੈਡੀ
तैयार की थी। हार्ड टॉप लगी है, हार्ड टॉप लगी है सारी, और सिर्फ कार 25,000 किलोमीटर टोटल कार रनिंग है जी। और लोकल जलंधर का सर नंबर, कार नू एक्सेसरी सारी तकरीबन लगी हुई है, और जिस तरह की तुम्हें लाइटिंग दिखाई है, ये बैक गियर ते लाइटिंग बहुत वधिया लगी है, होर भी काफ़ी LED लाइटा इस तरह लगियाँ कार नू, 4x4 सिल्वर रंग दी सारी टोटली कार ओरिजिनल और जेन्युइन 25,000 किलोमीटर कार रनिंग। ये भी जी आप तुम्हें कार दे देंगे 7,85,000 रुपए की, 2017 मॉडल थार जी।